ਮੋਗਾ ਜ਼ਿਲ੍ਹੇ ਦਾ ਇੱਕ ਅਜਿਹਾ ਪਿੰਡ ਕੋਲੀਆਂ ਖੁਰਦ ਵੀ ਹੈ, ਜਿੱਥੇ ਲੋਕ ਸਿਹਤ ਤੰਦਰੁਸਤ ਹੋਣ ਲਈ ਸਵੇਰੇ ਸਵੇਰੇ ਸ਼ਮਸ਼ਾਨ ਘਾਟ ਜਾਂਦੇ ਨੇ। ਤੁਸੀਂ ਸਾਰਿਆਂ ਨੇ ਇਸ ਤੋਂ ਪਹਿਲਾਂ ਇਹ ਤਾਂ ਜ਼ਰੂਰ ਸੁਣਿਆ ਹੋਵੇਗਾ ਕਿ ਕਿਸੇ ਮੁਰਦੇ ਇਨਸਾਨ ਦਾ ਅੰਤਿਮ ਸੰਸਕਾਰ ਕਰਨ ਲਈ ਲੋਕ ਸ਼ਮਸ਼ਾਨ ਘਾਟ ਜਾਂਦੇ ਨੇ, ਜਾਂ ਤੁਸੀਂ ਇਹ ਸੁਣਿਆ ਹੋਵੇਗਾ ਕਿ ਲੋਕ ਆਪਣੀ ਸਿਹਤ ਤੰਦਰੁਸਤੀ ਲਈ ਸਵੇਰੇ ਸਵੇਰੇ ਗਰਾਊਂਡ, ਜਿਮ ਜਾਂ ਫਿਰ ਸੈਰ ਕਰਨ ਲਈ ਜਾਂਦੇ ਨੇ, ਜਾਂ ਆਪਣੇ ਮਨ ਦੀ ਸ਼ਾਂਤੀ ਲਈ ਗੁਰਦੁਆਰੇ, ਮੰਦਿਰ, ਮਸਜਿਦ ਜਾਂਦੇ ਸੁਣੇ ਹੋਣਗੇ। ਪਰ ਕੋਲੀਆ ਖੁਰਦ ਪਿੰਡ ਦੇ ਲੋਕ ਆਪਣੀ ਸਿਹਤ ਤੰਦਰੁਸਤੀ ਲਈ ਸਵੇਰੇ ਸਵੇਰੇ ਸ਼ਮਸ਼ਾਨ ਘਾਟ ਕਿਉਂ ਜਾਂਦੇ ਨੇ, ਇਹ ਤੁਹਾਡੇ ਦਿਮਾਗ ਵਿੱਚ ਵਾਰ ਵਾਰ ਸਵਾਲ ਉੱਠਦੇ ਹੋਣਗੇ। ਤੁਹਾਨੂੰ ਦੱਸ ਦਿਆਂ ਕਿ ਸਵੇਰੇ ਸਵੇਰੇ ਇਹ ਲੋਕ ਸ਼ਮਸ਼ਾਨ ਘਾਟ ਕਿਉਂ ਜਾਂਦੇ ਨੇ। ਅਸਲ ਵਿੱਚ ਪਿੰਡ ਦੇ ਨੌਜਵਾਨਾਂ ਨੇ ਸੋਚਿਆ ਕਿ ਆਪਾਂ ਇੱਥੇ ਬੈਠ ਕੇ ਲੰਮਾ ਸਮਾਂ ਬਰਬਾਦ ਕਰਦੇ ਹਾਂ, ਕਿਉਂ ਨਾ ਇਸ ਸ਼ਮਸ਼ਾਨ ਘਾਟ ਦੀ ਸਫਾਈ ਕਰਕੇ ਇੱਥੇ ਕੋਈ ਅਜਿਹੀ ਚੀਜ਼ ਲਗਾਈ ਜਾਵੇ ਤਾਂ ਕਿ ਜੋ ਵੀ ਆ ਕੇ ਦੇਖੇ ਤਾਂ ਪੂਰੇ ਪਿੰਡ ਦੀ ਸਿਫਤ ਕਰੇ। ਉਹਨਾਂ ਸੋਚਿਆ ਕਿ ਕਿਉਂ ਨਾ ਇੱਥੇ ਵੀਟ ਗ੍ਰਾਸ ਜੂਸ ਲਈ ਕਣਕ ਬੀਜੀ ਜਾਵੇ। ਇਹਨਾਂ ਨੌਜਵਾਨਾਂ ਨੇ ਸ਼ਮਸ਼ਾਨ ਘਾਟ ਵਿੱਚ ਕਿਆਰੀਆਂ ਬਣਾ ਕੇ ਕਣਕ ਦੀ ਬਿਜਾਈ ਕਰ ਦਿੱਤੀ ਅਤੇ ਕੁਝ ਹੀ ਦਿਨਾਂ ਵਿੱਚ ਬੀਜੀ ਕਣਕ ਵੀਟ ਗ੍ਰਾਸ ਜੂਸ ਲਈ ਤਿਆਰ ਹੋ ਗਈ। ਇਹ ਨੌਜਵਾਨ ਹਰ ਰੋਜ਼ ਸ਼ਮਸ਼ਾਨ ਘਾਟ ਵਿੱਚ ਸੈਂਕੜੇ ਲੋਕਾਂ ਨੂੰ ਵੀਟ ਗ੍ਰਾਸ ਕਣਕ ਦਾ ਜੂਸ ਪਿਲਾਉਂਦੇ ਨੇ। ਜੋ ਵੀ ਲੋਕ ਵੀਟ ਗ੍ਰਾਸ ਕਣਕ ਦਾ ਜੂਸ ਪੀਣ ਆਉਂਦੇ ਨੇ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵੀਟ ਗ੍ਰਾਸ ਕਣਕ ਦਾ ਜੂਸ ਪੀ ਕੇ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਚੁੱਕੇ ਹਾਂ। ਵੀਟ ਗ੍ਰਾਸ ਕਣਕ ਦਾ ਜੂਸ ਪਿਲਾਉਣ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਸ਼ਮਸ਼ਾਨ ਘਾਟ ਵਿੱਚ ਵੀਟ ਗ੍ਰਾਸ ਤਿਆਰ ਕਰਨ ਨਾਲ ਸਾਡੇ ਪਿੰਡ ਨੂੰ ਕਈ ਫਾਇਦੇ ਹੋਏ ਨੇ। ਉਹਨਾਂ ਕਿਹਾ ਕਿ ਇੱਥੇ ਵੀਟ ਗ੍ਰਾਸ ਤਿਆਰ ਕਰਨ ਨਾਲ ਲੋਕ ਸ਼ਮਸ਼ਾਨ ਘਾਟ ਤੋਂ ਡਰਨ ਤੋਂ ਹਟ ਗਏ ਨੇ, ਲੋਕਾਂ ਦੇ ਮਨਾਂ ਦੇ ਭਰਮ ਭੁਲੇਖੇ ਦੂਰ ਹੋ ਗਏ ਨੇ। ਇਸ ਦੇ ਬਾਰੇ ਡਾਕਟਰ ਨਿਰਮਲ ਸਿੰਘ ਦਾ ਕੀ ਕਹਿਣਾ ਹੈ, ਆਓ ਸੁਣ ਲੈਂਦੇ ਹਾਂ। ਸਭ ਤੋਂ ਲਾਹਾ ਜੋ ਸਾਨੂੰ ਰਿਜ਼ਲਟ ਮਿਲ ਰਿਹਾ ਇਸ ਟਾਈਮ, ਸ਼ੂਗਰ ਦੇ ਪੇਸ਼ੈਂਟ ਬਹੁਤ ਜ਼ਿਆਦਾ ਅਤੇ 70% ਪੇਸ਼ੈਂਟ ਠੀਕ ਹੋ ਗਏ ਸ਼ੂਗਰ ਵਾਲੇ। ਹੁਣ ਜਿਹਦਾ ਇੱਕ ਦਾ ਰਣੀ ਦੋ ਪੇਸ਼ੈਂਟ ਸੀ, ਉਹਦਾ ਸ਼ੂਗਰ ਰਹਿੰਦਾ ਸੀਗਾ 450 ਅਤੇ ਇੱਕ ਗੋਲੀ ਖਾ ਰਿਹਾ ਰੋਜ਼ ਦੀ, ਹੁਣ ਉਹਦਾ ਸ਼ੂਗਰ 127 ਆਇਆ ਅੱਜ। ਅਤੇ ਜਿਵੇਂ ਜੋੜ ਦਰਦ ਆ, ਠੀਕ ਹੈ ਜੀ, ਜਿਵੇਂ ਆਮਲਾ 'ਚ ਪਾਉਣੇ, ਕਾਮਲਾ ਪਾਉਣੇ, ਉਹ ਪੇਟ ਦੇ ਲੋਕਾਂ ਵਾਸਤੇ ਬਹੁਤ ਵਧੀਆ, ਲਿਵਰ ਵਾਸਤੇ, ਕਿਡਨੀ ਵਾਸਤੇ, ਠੀਕ ਹੈ ਜੀ, ਉਹ 'ਚ ਗਾਉਣਾ। ਗਲੋ ਆ ਜਿਵੇਂ ਖੰਘ, ਜ਼ੁਕਾਮ, ਬੁਖਾਰ, ਗਲਾ ਦਰਦ ਕਰਦਾ, ਉਹਦੇ ਵਾਸਤੇ ਜ਼ੁਕਾਮ ਹੈ ਨਾ, ਪੁਰਾਣੀ ਐਲਰਜੀ ਆ ਕਿਸੇ ਨੂੰ, ਜਿਵੇਂ ਜਨਾਨੀਆਂ ਨੂੰ ਹੈਗਾ ਕੋਰਗੀ ਪ੍ਰੋਬਲਮ ਆ ਕੋਈ, ਜਿਸ ਤਰ੍ਹਾਂ ਜਾਂ ਬੱਚਿਆਂ ਦੇ ਰਸੋਲੀਆਂ ਏ, ਉਹ ਤੇ ਸਾਨੂੰ ਰਿਜ਼ਲਟ ਬਹੁਤ ਵਧੀਆ ਮਿਲ ਰਿਹਾ ਹੈ ਨਾ। ਇੱਕ ਹਫ਼ਤੇ ਵਿੱਚ ਵਿੱਚ ਕਾਫੀ ਵਧੀਆ ਰਿਜ਼ਲਟ ਮਿਲਿਆ ਸਾਡਾ, ਅੱਜ 8ਵਾਂ ਦਿਨ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਤੇ ਲਗਭਗ 1500 ਬੰਦਾ ਅੱਜ ਲਗਭਗ ਪਹੁੰਚ ਚੁੱਕਿਆ ਅਤੇ ਪੀਣ ਲਈ, ਅਤੇ ਉਹਦੇ ਵਿੱਚੋਂ 70-75% ਬੰਦੇ ਕਹੇ ਵੀ ਸਾਨੂੰ ਫਰਕ ਆ। ਹੋਰ ਕਿਹੜੀਆਂ ਬਿਮਾਰੀਆਂ ਨੂੰ ਜਿਹੜੇ ਲਾਹੇ ਬੰਦਾ? ਬਾਕੀ ਜਿਵੇਂ ਕੈਂਸਰ, ਮੰਜਾਂ ਵਾਲ ਚਿੱਟੇ ਆਉਣੇ ਜਲਦੀ, ਵਾਲ ਝੜਨੇ, ਠੀਕ ਹੈ ਜੀ, ਅਤੇ ਕਬਜ਼ ਵਗੈਰਾ ਹੋ ਗਿਆ, ਠੀਕ ਹੈ ਜੀ, ਸਕਿਨ ਦੀਆਂ ਪ੍ਰੋਬਲਮਾਂ ਹੋਊਗਾ, ਕੋਈ ਵੀ ਅੱਖਾਂ ਦੀ ਆਈ ਸਾਈਡ ਦੀ ਪ੍ਰੋਬਲਮ, ਔਲਾ ਬਹੁਤ ਵਧੀਆ ਉਹਦੇ ਲਈ, ਠੀਕ ਹੈ, ਇਸ ਤਰ੍ਹਾਂ ਕਰਕੇ ਕਈ ਲੋਕਾਂ ਦੀ ਘੱਟੋ ਘੱਟ 150-200 ਰੋਗ 'ਚ ਕੰਮ ਕਰਦੇ। ਕਿੰਨੇ ਦਿਨ ਹੋ ਗਏ ਡਾਕਟਰ ਸਾਹਿਬ ਚੱਲਦੇ ਨੂੰ ਉੱਥੇ? ਇਹ ਅੱਜ 8ਵਾਂ ਦਿਨ ਹੈ ਜੀ। ਕਿੰਨੇ ਕੁ ਦਿਨ ਹੋਰ ਚੱਲੂਗਾ ਜੀ? ਇਹ ਲਗਭਗ 2-2 ਹਫ਼ਤੇ ਹੈਗੇ, 3 ਮਹੀਨੇ ਤੱਕ ਚਲਾਵਾਂਗੇ। ਠੀਕ, ਇਹ ਪਹਿਲਾਂ ਸਾਨੂੰ ਨਹੀਂ ਲੱਗ ਰਿਹਾ ਸੀ ਵੀ ਆਹ ਕੀ ਇੱਥੇ ਇੰਨੇ ਲੋਕ ਸਾਡੇ ਨਾਲ ਜੁੜਨਗੇ ਅਤੇ ਇੰਨਾ ਲੋਕਾਂ ਨੂੰ ਫਾਇਦਾ ਹੋਊਗਾ, ਪਰ ਹੁਣ ਅਸੀਂ ਇਹ ਸੋਚਿਆ ਵੀ ਜਿਹੜੀ ਪਹਿਲਾਂ ਅਸੀਂ ਸਾਡੀ ਸੋਚ ਮਨ 'ਚ ਰੱਖੀ ਸੀ ਉਹ ਸਾਡੀ ਅੱਜ ਪੂਰੀ ਹੋਣ ਜਾ ਰਹੀ। ਤੁਹਾਡੇ ਮਨ 'ਚ ਖਿਆਲ ਕਿਵੇਂ ਆਇਆ ਵੀ ਸ਼ਮਸ਼ਾਨ ਘਾਟ 'ਚ ਆਪਾਂ ਵੀਟ ਗਲਾਸ ਇੱਥੇ ਤਿਆਰ ਕਰੀਏ? ਸ਼ਮਸ਼ਾਨ ਘਾਟ ਦੇ ਵਿੱਚ ਪਹਿਲਾਂ ਜਿਹੜੀ ਇੱਥੇ ਕਮੇਟੀ ਸੀ ਬਹੁਤ ਸੋਹਣਾ ਉਹਨਾਂ ਨੇ ਕੰਮ ਕੀਤਾ ਵਾ, ਪਰ ਕੁਝ ਕਾਰਨਾਂ ਕਰਕੇ ਉਹਨਾਂ ਦੇ ਕੁਝ ਬੰਦੇ ਬਾਹਰ ਅੰਦਰ ਜਾਣ ਕਾਰਨ ਇਹਦੀ ਸੇਵਾ ਸੰਭਾਲ ਨਹੀਂ ਹੋ ਸਕੀ। ਉਸ ਤੋਂ ਬਾਅਦ ਇੱਕ ਜੰਗਲ ਜਿਹਾ ਬਣ ਲੱਗੇ, ਬਸ ਅਸੀਂ ਇੱਥੇ ਬੈਠਣ ਲੱਗ ਗਏ, ਫਿਰ ਅਸੀਂ ਹੌਲੀ ਹੌਲੀ ਇਹਦੀ ਸਫਾਈ ਕੀਤੀ। ਸਫਾਈ ਕਰਦਿਆਂ ਕਰਦਿਆਂ ਸਾਡੇ ਮਨ 'ਚ ਇਹ ਗੱਲ ਆਈ ਵੀ ਇਹ ਲੋਕ ਵੱਧ ਤੋਂ ਵੱਧ ਇੱਥੇ ਆਉਣ, ਨਾਲੇ ਸ਼ਮਸ਼ਾਨ ਘਾਟ ਦੇ ਵਿੱਚ ਉਹਦਾ ਡਰ ਬਹੁਤ ਦੂਰ ਹੋਵੇ, ਨਾਲੇ ਲੋਕਾਂ ਨੂੰ ਇੱਕ ਇਹੋ ਜਿਹੀ ਚੀਜ਼ ਹੀ ਵੀ ਤਿਆਰ ਕਰਕੇ ਪਈਏ ਜਿਹਦੇ ਨਾਲ ਲੋਕ ਰੋਗ ਮੁਕਤ। ਸਾਡੇ ਨਾਲ ਬਹੁਤ ਹੀ ਵਧੀਆ ਹੋਣਹਾਰ ਡਾਕਟਰ ਨਿਰਮਲ ਸਿੰਘ ਜੀ, ਉਹ ਆ ਕੇ ਉਹਨਾਂ ਨੇ ਸਾਨੂੰ ਰਾਇ ਸਲਾਹ ਦਿੱਤੀ
ਕਿ ਜੇ ਆਪਾਂ ਇੱਥੇ ਵੀ ਬਹੁਤ ਪੁਰਾਣੀ ਮਿੱਟੀ ਹੈ, 30-35 ਸਾਲ ਤੋਂ ਇੱਥੇ ਭਰਤ ਪਈ ਵੀ ਆ, ਵੀ ਇਹਦੇ ਵਿੱਚ ਕੋਈ ਵੀ ਰੇਹ ਸਪਰੇਅ ਨਹੀਂ, ਅਤੇ ਜੇ ਆਪਾਂ ਇੱਥੇ ਕਣਕ ਬੀਜੀਏ ਅਤੇ ਉਹ ਕਣਕ ਦਾ ਜੂਸ ਲੋਕਾਂ ਨੂੰ ਕੱਢ ਕੇ ਪਿਆਈਏ ਤਾਂ ਲੋਕ 100% ਹੀ ਠੀਕ ਹੋ ਜਾਣ। ਇਸ ਕਰਕੇ ਤਾਂ ਅੱਜ ਜਿਹੜਾ ਸਾ ਮਨ ਨੂੰ ਇੰਨੀ ਖੁਸ਼ੀ ਹੁੰਦੀ ਆ ਵੇਖ ਕੇ, ਤਾਂ ਕਿੱਥੇ ਅਸੀਂ ਸੋਚਿਆ ਹੀ ਨਹੀਂ ਸੀ ਵੀ ਇੱਥੇ ਕੋਈ ਬੰਦਾ ਆਊਗਾ, ਅਤੇ ਅੱਜ ਲਾਈਨ ਹੀ ਲੱਗੀ ਵੀ ਆ। ਦੇਖ ਲਓ ਨਾਲ ਦੇ ਪਿੰਡਾਂ ਤੋਂ ਕਾਲੇ ਕੇ, ਰਣੀਆਂ, ਗੰਨੇ ਕੇ, ਮਾਣੂ ਕੇ, ਰੋਡੇ, ਇੱਥੋਂ ਤੱਕ ਬੰਦੇ ਚੱਲ ਕੇ 7:15 ਇੱਥੇ ਪਹੁੰਚ ਗਏ, ਜਿਹੜੇ ਆ ਕੇ ਇੱਥੇ ਜੂਸ ਪੀ ਕੇ ਗਏ। ਅਤੇ ਮੈਂ ਤਾਂ ਬੜੀ ਮਨ ਨੂੰ, ਸਾਡੀ ਟੀਮ ਨੂੰ ਬੜੀ ਮਨ ਨੂੰ ਖੁਸ਼ੀ ਹੁੰਦੀ ਆ ਵੀ ਇਹ ਜਿਹੜਾ ਅਸੀਂ ਕੰਮ ਚਲਾਇਆ ਹੈ ਅਤੇ ਇਸੇ ਤਰ੍ਹਾਂ ਹੀ ਸਿਰੇ ਚੜ੍ਹੇ। ਕਿੰਨੇ ਦਿਨ ਹੋਰ ਚੱਲੂਗਾ ਜੀ ਇਹ? ਤਕਰੀਬਨ ਅਸੀਂ 1 ਮਹੀਨੇ ਦਾ ਟਾਰਗੇਟ ਰੱਖਿਆ ਸੀਗਾ, ਪਰ ਹੋ ਸਕਦਾ ਵੀ ਅੱਗੇ ਸਾਨੂੰ ਵਧਾਉਣਾ ਪਵੇ। ਠੀਕ ਹੈ, ਮੈਂ ਇਹ ਕਹਿਣੀ ਚਾਹੁੰਦਾ ਕਿ ਇਹ ਬਹੁਤ ਵੱਡਾ ਉਪਰਾਲਾ ਪਿੰਡ ਦੇ ਨੌਜਵਾਨਾਂ ਨੇ ਕੀਤਾ, ਜੋ ਕਿ ਕਈ ਰੋਗੀ ਆ ਸਾਡੇ ਵਰਗੇ, ਜਿਵੇਂ ਮੈਂ ਕੈਨੇਡਾ ਦੇ ਵਿੱਚ ਵੀ ਮੈਨੂੰ ਹਰ ਟੈਕ ਦੀ ਪ੍ਰੋਬਲਮ ਹੋਈ, ਉਸ ਤੋਂ ਬਾਅਦ ਇੱਥੇ ਵੀ ਇੱਕ ਅਟੈਕ ਹੋਇਆ, ਮੈਂ ਬਠਿੰਡਾ, ਫਰੀਦਕੋਟ, ਜਲੰਧਰ, ਲੁਧਿਆਣਾ ਵਗੈਰਾ ਸਾਰੇ ਥਾਵਾਂ ਤੋਂ ਦਵਾਈ ਲਈ ਹੈ। ਮੈਨੂੰ ਕੋਈ ਬਹੁਤ ਜਾਣੀ ਖਿਆਈ ਸੀ, ਮੈਂ ਤੁਰ ਵੀ ਨਹੀਂ ਸੀ ਸਕਦਾ ਪੂਰੀ ਤਰ੍ਹਾਂ, ਪਰ ਹੁਣ ਮੈਨੂੰ 30% ਫਾਇਦਾ ਹੈ ਜਿਸ ਦਿਨ ਦਾ, ਮੈਨੂੰ ਹਫ਼ਤੇ ਦੇ ਕਰੀਬ ਇੱਥੋਂ ਵੀਟ ਗ੍ਰਾਸ ਵਾਟਰ ਪੀਂਜਨ ਹੋ ਗਿਆ। ਬਹੁਤ ਚੰਗਾ ਉਪਰਾਲਾ, ਗੁਰੂ ਸਾਹਿਬ ਆਪਣੇ ਸੰਤ ਬਾਬਾ ਗੁਲਾਬ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਉਹਨਾਂ ਦੇ ਆਸ਼ੀਰਵਾਦ ਵੀ ਇੱਥੇ ਬਹੁਤ ਹੈ, ਕਿਉਂਕਿ ਉਹ ਆਪ ਵੀ ਬਹੁਤ ਵੈਦ ਸੀ, ਲੋਕਾਂ ਦਾ ਮੁਫ਼ਤ ਇਲਾਜ ਕਰਦੇ ਸੀ, ਉਹਨਾਂ ਦੇ ਇੱਕ ਬਚਨ ਹੀ ਹੋਏ ਵੇ ਇਸ ਧਰਤੀ ਨੂੰ, ਇੱਥੇ ਜੋ ਵੀ ਆਊਗਾ ਇਸ ਧਰਤੀ 'ਤੇ ਉਹ ਤੰਦਰੁਸਤ ਹੋ ਕੇ ਹੀ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਰੰਗਲਾ ਟੀਵੀ ਲਈ ਮੋਗਾ ਤੋਂ ਸੰਜੀਵ ਅਰੋੜਾ ਦੀ ਰਿਪੋਰਟ।